जहां सरकारों द्वारा स्वास्थ्य सेवा पर करोड़ों रुपए खर्च किए जाते हैं ताकि लोगों को स्वास्थ्य सेवा का लाभ मिल सके, लेकिन असलियत कुछ और ही है। गैर जिम्मेवार डॉक्टरों की बदौलत इसका खमियाजा मरीजों को भुगतना पड़ता है। ताजा मामला सिविल अस्पताल पठानकोट का है, जहां गांव मैरा सुजानपुर निवासी कश्मीर सिंह अपना मेडिकल वे इलाज के लिए सिविल अस्पताल पठानकोट पहुंचा, लेकिन डॉक्टर ज्योति द्वारा उसका मेडिकल तो दूर उस घायल युवक का इलाज तक नहीं किया गया और उसको जुग्याल अस्पताल जाने को कहा गया। डॉक्टर ज्योति का कहना था कि हदबंदी जुग्याल अस्पताल की पड़ती है। खून से लथपथ कश्मीर सिंह जुग्याल अस्पताल चला गया तो सारी बात वहां के डॉक्टर को बताई तो वहां के डॉक्टर ने उसे फर्स्ट एड देते हुए मेडिकल करवाने के लिए सिविल अस्पताल पठानकोट जाने की बात कही तो घायल कश्मीर सिंह फिर से सिविल अस्पताल पठानकोट चला गया, लेकिन वहां उसका मेडिकल डॉक्टर ज्योति द्वारा नहीं किया गया। जब इस संबंध में एसएमओ डॉक्टर भूपेंद्र सिंह से पूछा गया तो उनका कहना था कि गांव मैरा का शाहपुरकंडी थाना पड़ता है, वे जुग्याल अस्पताल द्वारा मेडिकल किया जाना बनता है और इसका सारा ठीकरा जुग्याल अस्पताल पर फोड़ दिया। माना कि नियमों के अनुसार मेडिकल जुग्याल अस्पताल का बनता था, लेकिन जहां डॉक्टर ज्योति द्वारा इंसानियत वे डॉक्टर का फर्ज देखते हुए कम से कम घायल को फर्स्ट एड देना चाहिए था। ਪੱਟੀ ਇੱਥੇ ਆ ਨਾ ਕਿਤੇ ਆ ਹਾਂਜੀ ਇਹਨਾਂ ਜਵਾਬ ਦੇਤਾ ਇੱਕੋ ਜੀ ਨਹੀਂ ਪਤਾ ਭਾਈ ਮੇਰਾ ਨਾਂ ਕਸ਼ਮੀਰ ਸਿੰਘ ਹੈ। ਮੇਰੀ ਸਕੂਲ ਵਿੱਚ ਲੜਾਈ ਹੋਈ ਆ, ਮੁੰਡੇ ਮੇਰੇ ਹੱਥ ਅੱਖ ਰੱਖਦੇ ਤੇ ਪ੍ਰੋਗਰਾਮ ਆ, ਮੁੰਡੇ ਗਰਿੱਪ ਗਰੁੱਪ ਮਾਰੇ ਤੋ ਮੈਂ ਚਾਰ ਕੁ ਵਜੇ ਆਇਆ ਇੱਥੇ ਤੋ ਮੈਡੀਕਲ ਤਿਆਰੀ ਨਹੀਂ ਕਰਦੇ। ਮੁੰਡੇ ਨਾਂ ਹਰਮਨ ਹੈ, ਦੂਸਰੇ ਨਾਂ ਮੈਡਮ ਅਤੇ ਬੜੋਈ ਸਕੂਲ ਹੈ ਅਤੇ ਉਹ ਇੱਥੇ ਆਏ ਜੋ ਮੈਡੀਕਲ ਸਾਡੇ ਚਾਰ ਕੁ ਵਜੇ ਆਏ ਇੱਥੇ ਮੈਡੀਕਲ ਕਰਾਉਣ ਆਏ ਤੋ 8 ਵੱਜ ਗਏ ਆ ਅਜੇ ਤੱਕ ਮੈਡੀਕਲ ਜੋ ਆ। ਕੀ ਕਹਿੰਦੇ ਪਏ ਡਾਕਟਰ ਸਾਹਿਬ? ਡਾਕਟਰ ਸਾਹਿਬ ਕਹਿੰਦੇ ਮੈਡੀਕਲ ਨਹੀਂ ਕਰਨਾ। ਉਹਨਾਂ ਦੱਸਿਆ ਨਹੀਂ ਕਿਉਂ ਨਹੀਂ ਕਰਨਾ? ਨਹੀਂ ਪਤਾ ਨਹੀਂ। ਮੈਂ ਪਿੰਡ ਨਾਰੇ ਤੋਂ ਰਹਿਣ ਵਾਲਾ ਜੀ, ਮਾਤਾ ਮੇਰੀ ਸਰਪੰਚ ਹੈਗੀ ਆ, ਜਿਹਦੇ ਵਿੱਚ ਕੀ ਹੈ ਮੁੰਡਾ ਸਾਡੇ ਪਿੰਡ ਦਾ ਹੈਗਾ, ਬਡੋਈ ਸਕੂਲ ਦੇ ਵਿੱਚ ਪੜ੍ਹਦਾ। ਇਹਨੇ ਮੈਨੂੰ ਫੋਨ ਕੀਤਾ ਕੋਈ 3:30 ਵਜੇ, ਇਹਨਾਂ ਨੇ ਦੱਸਿਆ ਕਿ ਮੇਰੀ ਲੜਾਈ ਹੋਈ ਰਸਤੇ ਵਿੱਚ, ਮੈਨੂੰ ਮੁੰਡੇ ਪੈ ਗਏ ਮਾਰਨ। ਅਤੇ ਜਦੋਂ ਮੇਰੇ ਕੋਲੋਂ ਗਿਆ ਜੀ ਅਤੇ ਇਹਦਾ ਸਿਰ ਸੁਰ ਕਾਫੀ ਮੁੰਡਿਆਂ ਨੇ ਪਾੜਿਆ ਹੋਇਆ ਅਤੇ ਖੂਨ ਜਿਹੜਾ ਬਹੁਤ ਲਥਪਥੀ ਹੋ ਰਿਹਾ ਸੀ। ਅਤੇ ਇਹਨਾਂ ਨੂੰ ਮੈਂ ਇਹੀ ਕਿਹਾ ਕਿ ਜਲਦੀ ਤੋਂ ਜਲਦੀ ਜਿਹੜਾ ਸਿਵਲ ਹੋਸਪਿਟਲ ਲੈ ਜਾਓ ਉਹਨੂੰ, ਅਤੇ ਪੱਟੀ ਪੁੱਟੀ ਜਿਹੜੀ ਆ ਉਹ ਕਰਵਾਓ, ਅਤੇ ਮੈਡੀਕਲ ਬਣਾਓ ਜਿਹੜਾ ਕਿ ਉਹਨਾਂ ਮੁੰਡਿਆਂ 'ਤੇ ਕਾਰਵਾਈ ਕੀਤੀ ਜਾਏ। ਅਤੇ ਜ਼ਿਲ੍ਹੇ ਸਿਵਲ ਹੋਸਪਿਟਲ ਪੁੱਜਦਾ ਜੀ ਪਠਾਨਕੋਟ ਦੇ ਵਿੱਚ, ਅਤੇ ਡਾਕਟਰ ਜੋਤੀ ਹੈਗੀ ਹੈ ਜਿਨ੍ਹਾਂ ਨੇ ਇਹਨਾਂ ਨੂੰ ਦੇਖਣਾ ਸੀਗਾ, ਅਤੇ ਮੁੰਡਾ ਇੰਨਾ ਖੂਨ ਵਿੱਚ ਲਿਬੜਿਆ ਹੋਇਆ, ਇਹਨਾਂ ਨੇ ਤੁਸੀਂ ਦੇਖਿਆ ਵੀ ਹੈ ਕਿ ਕਿੰਨਾ ਸ਼ਰਟ ਭੜੋਈ ਹੈ। ਮੈਡਮ ਦੇ ਬਿਲਕੁਲ ਵੀ ਤਰਸ ਨਹੀਂ ਕੀਤਾ ਕਿ ਬੱਚੇ ਦੇ ਛੋਟਾ ਜਿਹਾ ਮੁੰਡਾ ਹੈਗਾ ਕਿ ਇਹਦੇ ਖੂਨ ਦੇ ਵਿੱਚ ਇੰਨਾ ਲਥਪਥ ਹੋਇਆ ਕਿ ਇਹਨੂੰ ਜੇ ਥੋੜ੍ਹੀ ਜਿਹੀ ਟ੍ਰੀਟਮੈਂਟ ਆਪਾਂ ਕਰ ਦਈਏ। ਮੈਡਮ ਨੇ ਹੱਥ ਨਾ ਲਾਉਂਦੇ ਹੋਏ ਮੈਡਮ ਨੇ ਇਹ ਕਿਹਾ ਉਹਨਾਂ ਨੂੰ, ਇਹ 3-4 ਮੁੰਡਿਆਂ ਦੇ, ਇਹਨਾਂ ਨੂੰ ਇਹੀ ਕਿਹਾ ਕਿ ਆਪਾਂ ਇੱਥੇ ਮੈਡੀਕਲ ਨਹੀਂ ਕਰਨਾ, ਤੁਹਾਡਾ ਤੁਹਾਡਾ ਜਿਹੜਾ ਮੈਡੀਕਲ ਹੋਏਗਾ ਉਹ ਜੁਗਿਆਲ ਦੇ ਵਿੱਚ ਹੋਏਗਾ, ਤੁਸੀਂ ਜੁਗਿਆਲ ਜਾ ਸਕਦੇ ਉੱਥੇ ਮੈਡੀਕਲ ਕਰਾਓ, ਆਪਾਂ ਬਿਲਕੁਲ ਨਹੀਂ ਕਰਨਾ। ਮੁੰਡਾ ਫੇਰ ਜੀ ਹਿੱਲਿਆ ਝੁੱਲਿਆ ਹੋ ਕੇ ਮੁੰਡੇ ਫੜ ਫੁੜ ਕੇ ਇਹਨੂੰ ਲੈ ਕੇ ਜੁਗਿਆਲ, ਅਤੇ ਜੁਗਿਆਲ ਦੇ ਵਿੱਚ ਜਦੋਂ ਜਾਂਦੇ ਆ ਅਤੇ ਡਾਕਟਰਾਂ ਉਹਨਾਂ ਨੇ ਕਿਹਾ ਕਿ ਦੱਸੋ ਤੁਸੀਂ ਪਠਾਨਕੋਟ ਹੋ ਕੇ ਆਏ, ਉੱਥੇ ਕੋਈ ਡਾਕਟਰ ਨਹੀਂ ਹੈ ਪਠਾਨਕੋਟ ਜਿਨ੍ਹਾਂ ਨੇ ਇਹ ਮੁੰਡੇ 'ਤੇ ਪੱਟੀ ਨਹੀਂ ਕੀਤੀ। ਇੰਨੀ ਮੈਂ ਕਹਿੰਦਾ ਕਿ ਡਾਕਟਰ ਇੰਨੇ ਪੜ੍ਹੇ ਲਿਖੇ ਹੁੰਦੇ ਕਿ ਮੁੰਡੇ ਦੇ ਹਾਲ ਤੱਕ ਪੱਟੀ ਕੋਈ ਨਹੀਂ ਕੀਤੀ, ਜੁਗਿਆਲ ਗਏ ਉਹਨਾਂ ਨੇ ਪੱਟੀ ਕੀਤੀ ਹੈ। ਫਿਰ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ 5-6 ਪਿੰਡ ਆਉਂਦੇ ਆ ਜਿਹੜੇ ਕਿ ਅਸੀਂ ਮੈਡੀਕਲ ਕਰਵਾਉਂਦੇ ਹਾਂ, ਅਤੇ ਆਪਾਂ ਤੁਹਾਡੇ ਪਿੰਡ, ਸਾਡਾ ਜਿਹੜਾ ਤੁਹਾਡਾ ਪਿੰਡ ਹੈਗਾ ਉਹ ਸਾਡੀ ਲਿਸਟ ਵਿੱਚ ਨਹੀਂ ਹੈ, ਅਤੇ ਤੁਹਾਡਾ ਜਿਹੜਾ ਮੈਡੀਕਲ ਹੋਣਾ ਉਹ ਪਠਾਨਕੋਟ ਸਿਵਲ ਹੋਸਪਿਟਲ ਵਿੱਚ ਹੋਣਾ। ਅਤੇ ਜਦੋਂ ਇਹ ਮੁੰਡੇ ਫਿਰ ਇਹਨਾਂ ਨੇ ਮੈਨੂੰ ਫੋਨ ਕੀਤਾ ਕਿ ਭਾਈ ਸਾਡਾ ਜੁਗਿਆਲ ਵੀ ਨਹੀਂ ਮੈਡੀਕਲ ਹੋਇਆ, ਅਤੇ ਇਹ 4 ਵਜੇ ਸਾਡੀ ਕੀ ਚੱਲੇ ਸੀ ਘਰੋਂ, ਅਤੇ ਪਠਾਨਕੋਟ ਹੋ ਕੇ ਫਿਰ ਜੁਗਿਆਲ ਗਏ, ਜੁਗਿਆਲ ਤੋਂ ਹੋ ਕੇ ਫਿਰ ਪਠਾਨਕੋਟ ਆਏ, ਫਿਰ ਡਾਕਟਰ ਸਾਹਿਬ ਨਾਲ ਗੱਲ ਕੀਤੀ ਹੈ, ਡਾਕਟਰ ਜੋਤੀ ਹੈਗੀ ਆ, ਅਤੇ ਜਦੋਂ ਇਹਨਾਂ ਨੇ ਮੈਨੂੰ ਫੋਨ ਕੀਤਾ ਉਹ ਕਹਿ ਰਹੇ ਕਿ ਮੈਂ ਨਹੀਂ ਕਰਨਾ ਅਤੇ ਮੇਰੀ ਕੋਈ ਇੱਥੇ ਜ਼ਿੰਮੇਵਾਰੀ ਨਹੀਂ ਹੈਗੀ ਆ, ਅਗਲਾ ਡਾਕਟਰ 8 ਵਜੇ ਆਏਗਾ ਉਹ ਕਰੇਗਾ। ਜਦੋਂ ਮੈਂ ਇੱਥੇ ਪੁੱਜਣਾ ਸੀ 7:30 ਵਜੇ, ਡਾਕਟਰ ਸਾਹਿਬ ਨੇ ਪੁੱਛਿਆ ਕਿ ਨਮਸਤੇ ਮੈਡਮ ਜੀ, ਮੈਂ ਪਿੰਡ ਮੈਰੇ ਤੋਂ, ਮਾਤਾ ਜੀ ਮੇਰੇ ਸਰਪੰਚ ਹੈਗੇ ਆ, ਅਤੇ ਮੁੰਡਾ ਮੈਡੀਕਲ ਕਿਉਂ ਨਹੀਂ ਹੋ ਰਿਹਾ? ਅਤੇ ਡਾਕਟਰ ਨੇ ਕਿਹਾ ਕਿ ਨਹੀਂ ਜੀ ਮੈਂ ਨਹੀਂ ਕਰਨਾ, ਅਤੇ ਜਿਹੜਾ ਡਾਕਟਰ 8 ਵਜੇ ਆਏਗਾ ਉਹ ਕਰੇਗਾ। ਮੈਂ ਮੈਡਮ ਹਾਲੇ ਕਾਰਨ ਕੀ ਸੀ, ਕਿਉਂ ਨਹੀਂ ਕੀਤਾ ਉਹਨਾਂ? ਕਾਰਨ ਸਰ ਮੈਨੂੰ ਇਸ ਬਾਰੇ ਪਤਾ ਨਹੀਂ ਲੱਗਿਆ, ਜਾਂ ਤਾਂ ਕੋਈ ਮੈਡਮ ਤੋਂ ਕੋਈ ਪੀਟੀਬਲ ਕੋਈ ਦਬਾਅ ਹੈਗਾ ਕਿ ਬੱਚੇ ਦਾ ਮੈਡੀਕਲ ਨਹੀਂ ਹੋਣਾ, ਕਿ ਮੁੰਡੇ ਨੂੰ ਇੱਦਾਂ ਮਾਰਿਆ,
कि बहुत ज़्यादा इस तरह के सिविल हॉस्पिटल पठानकोट ने बेसिकली डिवीजन नंबर 1 और डिवीजन नंबर 2 दे जिहड़े हैगे ओह परचे करने हुंदे आ। प्लस क्योंकि गरोटा दे विच एमरजेंसी नहीं हुंदी और ना ही नरोड़ दे हुंदी है ते ईवनिंग ते और नाइट दे विच उहनां दे भी परचे असीं कटदे आ। लेकिन जितों तक तुसीं पिंड दा दस रहे हो ये पिंड जिहड़ा हैगा ये शाहपुर कंडी थाणा पैंदा जिहड़ा कि जुग्याल वाले ने पिंड जिहड़ा ओह परचा कटना हुंदा आर एस टी वाले दा ये उहनां दा फर्ज बनता है क्योंकि उत्थे एमरजेंसी चलदी पई है। 7 डॉक्टर्स हैगे और 7 दे 7 डॉक्टर्स जिहड़े है 7 डॉक्टर्स जिहड़े ओह एमरजेंसी करन वाले डॉक्टर्स हैगे। सो ये उहनां दी ड्यूटी बनती सीगी कि ओह परचा करन क्योंकि जिहड़ा शाहपुर कंडी है ओह आर एस टी च पैंदा और जिहड़ा दूसरा हैगा जुग्याल वाला ਧਾਰ ਵਾਲਾ ਉਹ ਜਿਹੜੇ ਆ ਉਹ ਮਾਮੂਨ ਔਰ ਧਾਰ ਵਾਲਾ ਜਿਹੜਾ ਉਹ ਬੁੰਗਲ ਬਦਾਨੀ 'ਚ ਪੈਂਦਾ।